ਅੱਜ ਜੋ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਹੁਣਾਂ ਦਾ ਦੀਵਾਨ ਪਿੰਡ ਗਦਰਾਣੀ ਸੰਗਰੂਰ ਵਿੱਚ ਸੀ ਤਾਂ ਤੁਸੀਂ ਵੇਖਿਆ ਹੀ ਆ ਸੋਸ਼ਲ ਮੀਡੀਆ 'ਤੇ ਕਿਵੇਂ ਇਹਨਾਂ ਨੇ ਬਾਹਰ ਬੈਠ ਕੇ ਗੁਰਦੁਆਰੇ 'ਚ ਬੈਠੇ ਆ। 5-6 ਜਾਣੇ ਨੇ ਤਾਂ ਕਹਿ ਰਹੇ ਆ ਕਿ ਪੰਥ ਨਹੀਂ ਚਾਹੁੰਦਾ ਇਹਨਾਂ ਦੇ ਦੀਵਾਨ ਹੋਣੇ। ਮੈਂ ਅੱਗੇ ਵੀ ਬੇਨਤੀਆਂ ਕੀਤੀਆਂ ਆ ਕਿ 5-6 ਇਕੱਠੇ ਹੋ ਕੇ ਸਿੱਖ ਧਰਮ ਸਿੱਖ ਪੰਥ ਬਣ ਕੇ ਬਹਿ ਜਾਂਦੇ ਆ। ਭਾਈ ਸਾਹਿਬ ਹੁਣਾਂ ਨੇ ਪਿਛਲੀਆਂ ਇੰਟਰਵਿਊ 'ਚ ਵੀ ਕਿਹਾ ਸੀਗਾ ਕਿ ਜਦੋਂ ਕੋਈ ਅਥਾਰਟੀ ਬਣ ਕੇ ਸਵਾਲ ਪੁੱਛਦਾ ਆ ਤਾਂ ਜਵਾਬ ਮੰਗਦਾ ਆ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਕਿ ਭੱਜੋ, ਪਰ ਜੇ ਕੋਈ ਜੈਨੂਇਨ ਹੋ ਕੇ ਆ ਕੇ ਬੈਠ ਕੇ ਸਾਡੇ ਨਾਲ ਗੱਲ ਕਰੇ ਤਾਂ ਆਪਾਂ ਆਮ ਕਰਕੇ ਹੁਣ ਪ੍ਰੋਫੈਸਰ ਵੀ ਆ ਕੇ ਮਿਲ ਕੇ ਗਏ ਆ, ਉਹਨਾਂ ਨਾਲ ਵੀ ਬੈਠ ਕੇ ਆਪਾਂ ਗੱਲ ਕਰਦੇ ਹਾਂ, ਤਾਂ ਕੋਈ ਹੋਰ ਵੀ ਆ ਕੇ ਬਹਿਣਾ ਚਾਹੁੰਦਾ ਆਪਾਂ ਕਹਿੰਦੇ ਹਾਂ ਸਿੰਸੇਰਲੀ ਬੈਠੋ, ਜੈਨੂਇਨ ਬੰਦੇ ਆ ਕੇ ਬੈਠੋ, ਜਿਹੜਾ ਸਮਝਣਾ ਚਾਹਵੇ ਉਹ ਬੈਠੇ, ਜਿਹੜਾ ਆਪਣੀ ਵਿਚਾਰ ਸਾਡੇ 'ਤੇ ਥੋਪਣੀ ਚਾਹਵੇ ਉਹਨੂੰ ਆਪਾਂ ਕਹਿੰਦੇ ਹਾਂ ਕਿ ਭੱਜੋ। ਸੋ ਆਪ ਜੀ ਨੇ ਕੱਲ੍ਹ ਵੀ ਵੇਖਿਆ ਸੀਗਾ ਕਿ ਜੋ ਭਾਈ ਅਮਰੀਕ ਸਿੰਘ ਅਜਨਾਲੇ ਵਾਲਿਆਂ ਨੇ ਵੀਡੀਓ ਪਾਈ ਤਾਂ ਵੇਖੋ ਕਿੱਦਾਂ ਬੋਲ ਰਿਹਾ, ਕਹਿੰਦਾ ਕਿ ਸਾਡੀ ਨਿਮਰਤਾ ਸਹਿਤ ਬੇਨਤੀ ਆ, ਤਾਂ ਨਾਲ ਧਮਕੀ ਦੇ ਰਿਹਾ ਕਿ ਜੇ ਉੱਥੇ ਇੱਦਾਂ ਦਾ ਹੁੱਲੜਬਾਜ਼ੀ ਹੋ ਗਈ, ਜੇ ਉੱਥੇ ਕੋਈ ਲੜਾਈ ਝਗੜਾ ਹੋ ਗਿਆ, ਜੇ ਖੂਨ ਖਰਾਬਾ ਹੋਇਆ ਤਾਂ ਸਰਕਾਰ ਜ਼ਿੰਮੇਵਾਰ ਹੋਏਗੀ। ਤਾਂ ਇਹਨਾਂ ਨੂੰ ਇਹ ਪੁੱਛਣਾ ਚਾਹੀਦਾ ਕਿ ਤੁਸੀਂ ਜਿਹੜਾ ਚੱਲ ਕੇ ਆ ਰਹੇ ਆ, ਧੱਕਾ ਕਰਦੇ ਆ, ਰੌਲਾ ਪਾਉਂਦੇ ਆ, ਰੌਲਾ ਪਾਉਣ ਤੋਂ ਬਜਾਏ ਭਾਈ ਸਾਹਿਬ ਹੁਣੀ ਦੀਵਾਨ ਲਾਉਣ ਗਏ ਨੇ ਗਦਰਾਣੀ ਪਿੰਡ ਵਿੱਚ, ਤਾਂ ਤੁਸੀਂ ਆਪਣਾ ਜਿਹੜਾ ਹੁਣ ਉੱਥੇ ਗੁਰਦੁਆਰੇ 'ਚ ਬੈਠੇ ਆ ਤਾਂ ਤੁਸੀਂ ਵੀ ਦੀਵਾਨ ਲਾ ਲਓ। ਤੁਹਾਨੂੰ ਕਿਹੜਾ ਕੋਈ ਕਹਿੰਦਾ ਕਿ ਤੁਸੀਂ ਪ੍ਰੋਗਰਾਮ ਨਹੀਂ ਲਾ ਸਕਦੇ? ਨਾ ਭਾਈ ਸਾਹਿਬ, ਨਾ ਉਹਨਾਂ ਦੇ ਸਿੰਘ, ਨਾ ਜਿਹੜੇ ਸੁਣਨ ਵਾਲੇ ਆ ਕੇ ਤੁਹਾਡੇ ਪ੍ਰੋਗਰਾਮਾਂ 'ਤੇ ਧੱਕਾ ਕਰਦੇ ਆ, ਨਾ ਪ੍ਰੋਟੈਸਟ ਕਰਦੇ ਆ, ਕਿ ਤੁਸੀਂ ਵੀ ਇੱਦਾਂ ਹੀ ਕਰੋ ਕਿ ਤੁਸੀਂ ਆਪਣਾ ਪ੍ਰੋਗਰਾਮ ਲਾਓ। ਤੁਸੀਂ ਕਹਿੰਦੇ ਆ ਭਾਈ ਰਣਜੀਤ ਸਿੰਘ ਹੁਣੀ ਕੂੜ ਦਾ ਪ੍ਰਚਾਰ ਕਰਦੇ ਆ, ਕੂੜ ਪ੍ਰਚਾਰ, ਲੈਟ ਮੀ ਜਸਟ ਐਮਫਸਾਈਜ਼ ਔਨ ਦੈਟ, ਕੂੜ ਮੀਨਸ ਰੋਂਗ ਪ੍ਰਚਾਰ, ਦਾ ਭਾਈ ਰਣਜੀਤ ਸਿੰਘ ਇਜ਼ ਮਿਸਗਾਈਡਿੰਗ ਸੰਗਤ, ਹਰਿੰਦਰ ਸਿੰਘ ਇਜ਼ ਮਿਸਗਾਈਡਿੰਗ ਸੰਗਤ ਦੈਟ ਟੇਕ ਨੋ ਪੀਪਲ ਅਵੇ ਫਰੋਮ ਗੁਰੂ ਗ੍ਰੰਥ ਸਾਹਿਬ ਜੀ, ਇਹ ਕੂੜ ਪ੍ਰਚਾਰ ਕਰਦੇ ਆ। ਤਾਂ ਮੇਰੀ ਬੇਨਤੀ ਆ ਫਿਰ ਭਾਈ ਅਮਰੀਕ ਸਿੰਘ ਜੀ, ਤੁਸੀਂ ਸੱਚ ਦਾ ਪ੍ਰਚਾਰ ਕਰੋ, ਤੁਸੀਂ ਸੰਗਤ ਨੂੰ ਦੱਸੋ ਅਸਲੀ ਪ੍ਰਚਾਰ ਕੀ ਹੁੰਦਾ, ਤੁਸੀਂ ਸੰਗਤ ਨੂੰ ਦੱਸੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੀ ਸਤਿਕਾਰ ਹੁੰਦਾ ਆ। ਸੰਗਤ ਆ ਰਹੀ ਆ, ਜਿਹੜੇ ਤੁਹਾਨੂੰ ਸੁਣਨਾ ਚਾਹਣਗੇ ਉਹ ਤੁਹਾਡੇ ਕੋਲ ਆਜੂਗੇ, ਜਿਹੜੇ ਭਾਈ ਸਾਹਿਬ ਉਹਨਾਂ ਨੂੰ ਸੁਣਨਾ ਚਾਹਣਗੇ ਤਾਂ ਉਹ ਭਾਈ ਸਾਹਿਬ ਦੇ ਦੀਵਾਨ 'ਚ ਜਾ ਕੇ ਸੁਣ ਲੂਗੇ। ਪਰ ਵੇਖੋ ਅੱਜ ਪਹਿਲਾ ਦੀਵਾਨ ਲੱਗਾ ਉੱਥੇ ਤਾਂ 10,000 ਬੰਦਾ ਯੂਟਿਊਬ ਰਾਹੀਂ, ਫੇਸਬੁੱਕ ਰਾਹੀਂ ਇੱਕ ਟਾਈਮ 'ਤੇ ਲਾਈਵ ਵੇਖ ਰਿਹਾ ਸੀ। ਤਾਂ ਮੈਂ ਵੀ ਬੈਠਾ ਸੋਚਾਂ, ਇੱਕ ਪਾਸੇ ਤੁਸੀਂ 5-6 ਜਾਣੇ ਪੰਥ ਬਣ ਕੇ ਬੈਠੇ ਆ, ਕਹਿ ਰਹੇ ਆ ਕਿ ਪੰਥ ਨਹੀਂ ਚਾਹੁੰਦਾ, ਤਾਂ ਤੁਸੀਂ 5-6 ਜਾਣੇ ਮਾਈਨੋਰਿਟੀ ਆ ਤੁਸੀਂ, ਤਾਂ ਤੁਸੀਂ ਮੈਜੋਰਿਟੀ ਉੱਤੇ ਕੰਟਰੋਲ ਕਰਨਾ ਚਾਹੁੰਦੇ ਆ, ਆਪਣਾ ਧੱਕਾ ਚਲਾਉਣਾ ਚਾਹੁੰਦੇ ਆ। ਮੈਂ ਆਮ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਸਕੂਲ ਵਿੱਚ ਇੱਕ ਬੱਚੇ ਨੂੰ ਬੁਲੀ ਕੀਤਾ ਜਾਂਦਾ ਆ, 5-6 ਜਾਣੇ ਉਹਦੇ ਖਾਣ ਵਾਲੇ ਪੈਸੇ ਲੈ ਜਾਣ, ਉਹਦਾ ਖਾਣਾ ਉੱਥੋਂ ਖੋ ਜਾਣ, ਉਹਨੂੰ ਇਹ ਕਹਿਣ ਕਿ ਸਕੂਲ ਤੋਂ ਬਾਅਦ ਤੇਰੇ ਨਾਲ ਇੱਦਾਂ ਕੁੱਟਾਂਗੇ, ਮਾਰਾਂਗੇ, ਧਮਕੀਆਂ ਉਹਨੂੰ ਦਿੰਦੇ ਰਹਿਣ, ਉਹ ਬੱਚਾ ਟੀਚਰ ਕੋਲ ਜਾਵੇ ਤਾਂ ਟੀਚਰ ਨੂੰ ਕਹੇ ਕਿ ਇਹ 5-6 ਜਾਣੇ ਮੈਨੂੰ ਹਨਾ ਜੀ ਬੁਲੀ ਕਰਦੇ ਆ, ਤਾਂ ਟੀਚਰ ਅੱਗਿਓਂ ਕੀ ਕਹਿੰਦਾ? ਤੂੰ ਉਹਨਾਂ ਨੂੰ ਜਾ ਕੇ ਮਾਫ਼ੀ ਮੰਗ, ਤੂੰ ਉਹਨਾਂ ਤੋਂ ਜਾ ਕੇ ਸੌਰੀ ਮੰਗ। ਇਹ ਮੈਂ ਆਮ ਕਰਕੇ ਕਹਿਣਾ ਚਾਹੁੰਦਾ, ਸਕੂਲਾਂ ਵਿੱਚ ਸਾਨੂੰ ਇੱਥੇ ਇੰਗਲੈਂਡ ਵਿੱਚ, UK ਵਿੱਚ ਦੱਸਿਆ ਜਾਂਦਾ ਸਟੈਂਡ ਅਪ ਅਗੇਂਸਟ ਬੁਲੀਅਿੰਗ, ਸਟੈਂਡ ਅਪ, ਕਿ ਸਮਵਨਸ ਬੁਲੀਇੰਗ ਸਟੈਂਡ ਅਪ ਫੋਰ ਇਟ, ਸਟੈਂਡ ਅਗੇਂਸਟ ਇਟ। ਐਂਡ ਤੁਸੀਂ ਜਿਹੜਾ ਇਹ ਧੱਕਾ ਕਰਦੇ ਆ, ਇਹ ਵੀ ਇੱਕ ਧਾਰਮਿਕ ਗੁੰਡਾਗਰਦੀ ਆ, ਧਾਰਮਿਕ ਸਾਈਡ 'ਤੇ ਬੁਲੀਇੰਗ ਆ। ਆਮ ਕਰਕੇ ਇੰਨਾ ਸਪੈਸ਼ਲੀ ਇਨ 2020 ਪੀਪਲ ਆਰ ਕੁਐਸਚਨਿੰਗ ਆਲ ਦਿਸ, ਕਿ ਆਮ ਲੋਕ ਇਹ ਸੋਚਦੇ ਆ ਕਿ ਦੋਨੇ ਧਿਰਾਂ ਲੜਦੇ ਆ, ਪਰ ਆਮ ਜਿਹੜੇ ਵੀਰ ਨੇ ਉਹਨਾਂ ਨੂੰ ਮੇਰੇ ਵੱਲੋਂ ਇਹ ਬੇਨਤੀ ਆ ਕਿ ਤੁਸੀਂ ਆਪ ਵੇਖੋ ਧੱਕਾ ਕੌਣ ਹਮੇਸ਼ਾ ਕਰਦਾ, ਕੌਣ ਆ ਕੇ ਰੌਲਾ ਪਾਉਂਦਾ। ਭਾਈ ਸਾਹਿਬ ਹੁਣੀ ਵੀਡੀਓ ਪਾਉਂਦੇ ਨੇ, ਪ੍ਰਚਾਰ ਕਰਦੇ ਆ, ਆਪਣੀ ਗੱਲ ਵੀਡੀਓ ਰਾਹੀਂ ਰੱਖਦੇ ਆ, ਤਾਂ ਤੁਸੀਂ ਵੀ ਆਪਣੀ ਵੀਡੀਓ ਬਣਾ ਕੇ ਤੁਸੀਂ ਰੱਖੋ ਕਿ ਢੱਡਰੀਆਂ ਵਾਲਾ ਗਲਤ ਬੋਲਦਾ, ਹਰਿੰਦਰ ਗਲਤ ਬੋਲਦਾ, ਜਿਹੜਾ ਤੁਸੀਂ ਜਾ ਕੇ ਪ੍ਰੋਟੈਸਟ ਕਰਦੇ ਆ ਜਿਵੇਂ ਤੁਸੀਂ ਇੱਥੇ ਵੀ ਕੀਤਾ ਸੀ ਇੰਗਲੈਂਡ 'ਚ। ਇੱਦਾਂ ਹੁਣ ਤੁਸੀਂ ਇਹ ਨਵਾਂ ਕੰਮ ਸ਼ੁਰੂ ਕਰ ਲਿਆ ਕਿ ਚਲੋ ਅਮਰੀਕਾ 'ਚ ਜਾਂਦੇ ਆ ਭਾਈ ਰਣਜੀਤ ਸਿੰਘ, ਉੱਥੇ ਪ੍ਰੋਟੈਸਟ ਕਰਦੇ ਨੇ ਸਿੰਘ, ਇੰਗਲੈਂਡ ਹਰਿੰਦਰ ਉਹਨਾਂ ਨਾਲ ਪ੍ਰੋਟੈਸਟ ਹੁੰਦੇ ਆ, ਚਲੋ ਆਪਾਂ ਇੱਦਾਂ ਕਰਦੇ ਹਾਂ ਇੰਡੀਆ ਵਿੱਚ ਵੀ ਬੰਦੇ ਇਕੱਠੇ ਹੋ ਕੇ, ਕਿਉਂਕਿ ਇਹਨਾਂ ਦਾ ਗਰੁੱਪ ਇੰਟਰਨੈਸ਼ਨਲੀ ਇਕੱਠੇ ਹੀ ਆ ਸਾਰੇ। ਤਾਂ ਇਹਨਾਂ ਨੇ ਇੰਗਲੈਂਡ ਵਿੱਚੋਂ ਵੀ, ਮੈਂ ਕਹਿ ਰਿਹਾ ਬਾਹਰ ਅਮਰੀਕਾ 'ਚੋਂ ਵੀ ਕਿਹਾ ਹੋਣਾ ਆ ਕਿ ਹੁਣ ਤੂੰ ਉੱਠ ਭਾਈ ਅਮਰੀਕ ਸਿੰਘ ਜੀ, ਤੁਸੀਂ ਵੀ ਜਾ ਕੇ ਇੱਦਾਂ ਜਿੱਥੇ ਜਿੱਥੇ ਇਹਨਾਂ ਦੇ ਦੀਵਾਨ ਆ ਤੁਸੀਂ ਉੱਥੇ ਜਾ ਕੇ ਪ੍ਰੋਟੈਸਟ ਕਰੋ। ਭਾਈ ਸਾਹਿਬ ਨੇ ਅੱਜ ਦੀਵਾਨ ਦੇ ਅਖੀਰ ਵਿੱਚ ਇਹ ਗੱਲ ਕਹੀ ਸੀਗੀ ਕਿ ਦੇਖੋ ਆਪਾਂ ਨਹੀਂ ਚਾਹੁੰਦੇ, ਆਮ ਸੰਗਤ ਹੁਣ ਇੱਥੇ ਆਉਂਦੀ ਆ, ਦੀਵਾਨ ਸੁਣਦੀ ਆ, ਧੱਕਾ ਹੋਏਗਾ, ਲੜਾਈ ਹੋਏਗੀ, ਪੱਗਾਂ ਲੈਣਗੀਆਂ, ਖੂਨ ਖਰਾਬਾ ਹੋਏਗਾ, ਹਨਾ ਜੀ ਕੋਈ ਕੁਛ ਇੱਦਾਂ ਦਾ ਕੁਛ ਹੈਪਨਿੰਗ ਹੋ ਜੇ, ਆਪਾਂ ਨਹੀਂ ਚਾਹੁੰਦੇ ਆਪਣੇ ਵੀਰਾਂ ਵਿੱਚ ਇੱਦਾਂ ਦੀ ਕੁਛ ਗੱਲਬਾਤ ਹੋਵੇ।
ਹੁਣ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਇਦਾਂ ਕਰਦੇ ਆ ਕਿ ਆਹ ਦੀਵਾਨ ਇੱਕ ਲੱਗ ਗਿਆ, ਇਹ ਚਲੋ ਠੀਕ ਆ, ਦੋ ਜਿਹੜੇ ਦੀਵਾਨ ਆ ਆਉਣ ਵਾਲੇ ਦਿਨਾਂ ਦੇ ਕਿ ਆਪਾਂ ਨਾ ਲਾਵਾਂਗੇ, ਇਹਨਾਂ ਨੇ ਰੌਲਾ ਪਾਉਣਾ, ਚਲੋ ਜਕਾਰੇ ਛੱਡ ਦੂਗੇ ਕਿ ਦੇਖੋ ਜੀ ਆਪਾਂ ਦੀਵਾਨ ਰੱਦ ਤੇ। ਪਰ ਭਾਈ ਸਾਹਿਬ ਕਹਿੰਦੇ ਸੀ ਕਿ ਦੀਵਾਨ ਇਹਨਾਂ ਨੇ ਹੀ ਰੱਦੇ, ਆਪਾਂ ਕਹਿ ਰਹੇ ਹਾਂ ਕਿ ਆਪਾਂ ਰੱਦ ਦਿੰਦੇ ਹਾਂ, ਅੱਜ ਦਾ ਦੀਵਾਨ ਲੱਗ ਗਿਆ ਤਾਂ ਦੂਜੇ ਆਪਾਂ ਰੱਦ ਕਰ ਦਿੰਦੇ ਹਾਂ, ਕੈਂਸਲ ਕਰ ਦਿੰਦੇ ਹਾਂ। ਕਿ ਇੱਦਾਂ ਦੀ ਸੀਨ ਬਾਹਰ ਪੁਲਿਸ ਵਾਲੇ ਪੁਜ਼ੈਸ਼ਨ ਵਾਲੇ ਖੜੇ ਨੇ ਤਾਂ ਉੱਥੇ ਪੁਲਿਸਾਂ ਲੱਗੀਆਂ ਹੋਈਆਂ ਆ, ਸਾਰੇ ਪਾਸੇ ਸਟੋਪ ਕਰ ਕਰਕੇ ਵੇਖਦੇ ਆ, 1000 ਪੁਲਿਸ ਆਫਿਸਰ ਖੜਾ ਆ, ਕਿ ਆਪਾਂ ਇੱਦਾਂ ਨਾ ਕਰੀਏ ਕਿ ਦੋ ਦੀਵਾਨ ਆਪਾਂ ਸਟੋਪ ਕਰ ਦਿੰਦੇ ਹਾਂ। ਪਰ ਤੁਸੀਂ ਆਪ ਵੀ ਵੇਖ ਸਕਦੇ ਆ, ਤੁਸੀਂ MP ਚੈਨਲ ਤੇ ਜਾ ਕੇ ਤੁਸੀਂ ਦੀਵਾਨ ਅੱਜ ਦਾ ਸੁਣ ਲਓ, ਭਾਵਾਂ ਉੱਥੇ ਸੰਗਤ ਉੱਠ ਕੇ ਜਕਾਰੇ ਛੱਡਦੀ ਆ, ਭਾਈ ਸਾਹਿਬ ਨੂੰ ਕਹਿ ਰਹੇ ਆ ਨਹੀਂ ਭਾਈ ਸਾਹਿਬ ਜੀ ਆਪਾਂ ਦੀਵਾਨ ਲਵਾਉਣੇ ਆ, ਇਹਨਾਂ ਨੇ ਧੱਕਾ ਕਰਨਾ ਕਰਦੇ ਰਹਿਣ, ਪਰ ਆਪਾਂ ਸੰਗਤ ਸੁਣਨਾ ਮੰਗਦੀ ਆ, ਆਪਾਂ ਸੰਗਤ ਸੁਣਨਾ ਚਾਹੁੰਦੀ ਆ। ਸੋ ਜਿਹੜੇ ਇਹ 5-6 ਕਹਿ ਰਹੇ ਨੇ, ਹਨਾ ਜੀ ਮੈਂ ਮੁੜ ਮੁੜ ਕੇ ਉੱਥੇ ਆ ਰਹੇ ਹਾਂ, ਜਿਹੜੇ ਇਹ 5-6 ਕਹਿ ਰਹੇ ਆ ਕਿ ਸੰਗਤ ਨਹੀਂ ਪਸੰਦ ਕਰਦੀ, ਉਹ ਤੁਸੀਂ ਵੀਡੀਓ 'ਚ ਵੇਖ ਲਓ, ਸੰਗਤ ਜਕਾਰੇ ਛੱਡ ਰਹੀ ਆ। ਤਾਂ ਭਾਈ ਸਾਹਿਬ ਨੇ ਫਿਰ ਕਿਹਾ ਚਲੋ ਠੀਕ ਆ, ਜੇ ਸੰਗਤ ਚਾਹੁੰਦੀ ਆ ਤਾਂ ਆਪਾਂ ਫਿਰ ਅਗਲੇ ਜਿਹੜੇ ਦੋ ਦੀਵਾਨ ਬਾਕੀ ਆ ਉਹ ਵੀ ਆਪਾਂ ਇੱਦਾਂ ਹੀ ਡਟ ਕੇ ਲਾਵਾਂਗੇ, ਸਾਰੀ ਸੰਗਤ ਡਟ ਕੇ ਨਾਲ ਖੜਦੀ ਆ, ਤਾਂ ਤੁਸੀਂ ਆਪਣਾ ਕੰਮ ਕਰੋ, ਤਾਂ ਆਪਾਂ ਫਿਰ ਤਾਂ ਪ੍ਰਚਾਰ ਕਰਨਾ ਹੀ ਕਰਨਾ, ਤਾਂ ਤੁਸੀਂ ਆਪ ਕਾਇਮ ਹੋਵੋ ਤਾਂ ਆਪਾਂ ਤਾਂ ਕਾਇਮ ਹੀ ਆ। ਸੋ ਇਸ ਕਰਕੇ ਮੈਂ ਇਹ ਇੱਕ ਦੋ ਬੇਨਤੀਆਂ ਕਰਨੀਆਂ ਚਾਹੁੰਦਾ ਸੀਗਾ। ਸਾਡੇ ਨਾਲ ਵੀ ਇਹਨਾਂ ਨੇ ਇੱਥੇ ਧੱਕਾ ਕੀਤਾ, ਹੁਣ ਇਸ ਵੇਲੇ ਉੱਥੇ ਵੀ ਜਾ ਕੇ ਹੁਣ ਜਿੱਥੇ ਜਿੱਥੇ ਦੀਵਾਨ ਨੇ ਕਹਿੰਦੇ ਆਪਾਂ ਉੱਥੇ ਉੱਥੇ ਪਹੁੰਚਾਂਗੇ, ਪਰ ਸਾਰੀ ਸੰਗਤ ਸਿਆਣੀ ਆ। ਤਾਂ ਆਮ ਸੰਗਤ ਨੂੰ ਮੇਰੀ ਇਹ ਬੇਨਤੀ ਆ ਕਿ ਇਹ ਨਾ ਸੋਚੋ ਕਿ ਦੋਨੇ ਪਾਰਟੀਆਂ ਆਪਸ ਵਿੱਚ ਹੀ ਲੜੀ ਜਾਂਦੀਆਂ, ਇੱਦਾਂ ਨਹੀਂ ਹੁੰਦਾ। ਤੁਸੀਂ ਇਹ ਵੇਖੋ ਕਿ ਧੱਕਾ ਕੌਣ ਕਰਦੇ ਆ, ਦੀਵਾਨ ਰੋਕਣ ਕਿਉਂ ਆਉਂਦੇ ਆ, ਪ੍ਰੋਟੈਸਟ ਕਰਨ ਕੌਣ ਆਉਂਦੇ ਆ, ਅਥੋਰਿਟੀ ਬਣ ਕੇ ਕੌਣ ਆਉਂਦੇ ਆ। ਤਾਂ ਮੇਰੀ ਦੂਜੀ ਬੇਨਤੀ ਹੁਣ ਇਹ ਆ ਜਥੇਦਾਰ ਨੂੰ ਕਿ ਜਥੇਦਾਰ ਜੀ ਭਾਈ ਹਰਪ੍ਰੀਤ ਸਿੰਘ ਜੀ, ਤੁਸੀਂ ਹੁਣ ਕੀ ਸਪਸ਼ਟੀਕਰਨ ਇਹਨਾਂ ਤੋਂ ਮੰਗੋਗੇ? ਮੇਰੇ ਤੋਂ ਤਾਂ ਤੁਸੀਂ ਚਿੱਠੀਆਂ ਭੇਜ ਕੇ ਮੰਗਿਆ ਸੀ, ਭਾਈ ਸਾਹਿਬ ਹੁਣਾਂ ਨੂੰ ਤਾਂ ਕਹਿੰਦੇ ਸੀਗੇ 5-ਮੈਂਬਰੀ ਕਮੇਟੀ ਕੋਲ ਜਾ ਕੇ ਬੈਠ ਕੇ ਆਪਣੀ ਗੱਲ ਕਰਨ। ਹੁਣ ਤੁਸੀਂ ਇੱਦਾਂ ਦੇ ਬੰਦਿਆਂ ਨੂੰ ਜਿਹੜੇ ਨਿਮਰਤਾ ਨਾਲ ਬੋਲਦੇ ਆ, ਸਾਡੇ ਨਿਮਾਣਿਆਂ ਦੀ ਇਹ ਬੇਨਤੀ ਆ, ਸੰਗਤ ਦੇ ਨਿਮਰਤਾ ਸਹਿਤ ਬੇਨਤੀ ਕਰਦੇ ਆ, ਤਾਂ ਨਾਲ ਧਮਕੀ ਦੇ ਰਹੇ ਆ, ਤਾਂ ਤੁਸੀਂ ਇਹਨਾਂ ਵਾਸਤੇ ਕੀ ਹੁਣ ਆਪਣੇ ਵੱਲੋਂ ਬਿਆਨ ਦਿਓਗੇ, ਇਹਨਾਂ ਬਾਰੇ ਕੁਛ ਬੋਲੋਗੇ? ਤਾਂ ਇੱਕ ਉਹ ਨਾਲ ਮੈਂ ਬੇਨਤੀ ਕਰਦੇ ਹਾਂ ਕਿ ਜੇ ਢੱਡਰੀਆਂ ਵਾਲਾ ਗਲਤ ਪ੍ਰਚਾਰ ਕਰ ਰਿਹਾ ਤਾਂ ਭਾਈ ਅਮਰੀਕ ਸਿੰਘ ਜੀ ਅਜਨਾਲੇ ਵਾਲਿਆਂ ਨੂੰ ਬੇਨਤੀ ਆ ਮੇਰੀ ਕਿ ਤੁਸੀਂ 5-6 ਜਾਣੇ ਬੈਠੇ ਆ, ਤੁਹਾਨੂੰ 2 ਬੰਦਿਆਂ ਦੀ ਲੋੜ ਆ, ਤੂੰ ਕਥਾ ਕਰਨ ਵਾਲਾ ਹੈਗਾ ਆ, ਤੁਸੀਂ ਕਥਾ ਕਰੋ, ਤਾਂ ਇੱਕ ਨੂੰ ਬਿਠਾਲ ਦਿਓ ਸੂਰਜ ਪ੍ਰਕਾਸ਼ ਲੈ ਕੇ, ਤਾਂ ਤੁਸੀਂ ਕੋਈ ਗੱਲ ਸਕਿੱਪ ਨਾ ਕਰਿਓ, ਜਿੱਦਾਂ ਲਿਖਿਆ ਉੱਦਾਂ ਹੀ ਪੜਿਓ, ਜਿੱਦਾਂ ਵੀ ਹੈਗਾ ਆ ਕੋਈ ਪੋਲਿਸ਼ ਨਾ ਕਰਿਓ, ਨਾ ਕੋਈ ਸਕਿੱਪ ਕਰਿਓ, ਤਾਂ ਸੰਗਤ ਜਿਹੜੇ ਤੁਹਾਡੇ ਵਿੱਚ ਆ ਕੇ ਸੁਣਨਾ ਚਾਹੋਗੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਸੱਚ ਕੌਣ ਬੋਲ ਰਿਹਾ, ਹਨਾ, ਕਿ ਦਲੀਲ ਵਾਲੀ ਗੱਲ ਕੌਣ ਕਰ ਰਿਹਾ, ਕੋਈ ਅੱਗੇ ਸਮਾਜ ਨੂੰ ਲੈ ਕੇ ਜਾਣ ਵਾਲੀ ਕੌਣ ਗੱਲ ਕਰ ਰਿਹਾ, ਕਿ ਚੇਂਜ ਲੈ ਕੇ ਆਉਣ ਵਾਲੀ ਕੌਣ ਗੱਲ ਕਰ ਰਿਹਾ, ਇਹ ਸੰਗਤ ਹੀ ਸੋਚੇ। ਤੁਸੀਂ ਸੂਰਜ ਪ੍ਰਕਾਸ਼ ਦੀ ਕਥਾ ਕਰੋ ਬੈਠ ਕੇ, ਤਾਂ ਭਾਈ ਸਾਹਿਬ ਹੁਣੀ ਆਪਣੀ ਗੱਲ ਸੰਗਤ ਵਿੱਚ ਦੱਸਣ, ਤਾਂ ਸੰਗਤ ਹੁਣ ਆਪਣੇ ਵੱਲੋਂ ਇਹ ਫੈਸਲਾ ਲਵੇ ਕਿ ਕਿਹਦਾ ਪ੍ਰਚਾਰ ਸੁਣਨਾ ਤਾਂ ਕਿਹਦਾ ਪ੍ਰਚਾਰ ਨਹੀਂ ਸੁਣਨਾ। ਇਹ ਮੇਰੀਆਂ ਬੇਨਤੀਆਂ ਸੀਗੀਆਂ, ਇਹ ਪ੍ਰਵਾਨ ਕਰ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।